ਅਸੀਂ ਪਿੰਡ ਦੇ ਲੋਕਾਂ ਨੂੰ ਮਜ਼ਦੂਰਾਂ ਨੂੰ ਪੁੱਛਿਆ ਵੀ ਦੱਸੋ ਠੀਕ ਹੈ ਨਾ ਜੀ, ਕਹਿੰਦੇ ਜੀ ਠੀਕ ਹੈ, ਪਰ ਗਲਤ ਗੱਲ ਨਹੀਂ। ਅਸੀਂ ਕਿਹਾ ਵੀ ਚਲੋ ਫਿਰ ਤੁਸੀਂ ਇਹਦਾ ਸਾਥ ਕਿਉਂ ਨਹੀਂ ਦਿੱਤਾ, ਉਹ ਕਹਿੰਦੇ ਜੀ ਅਸੀਂ ਸਾਥ ਸਾਨੂੰ ਕਿਹਾ ਨਹੀਂ, ਅਸੀਂ ਸਾਥ ਦੇਣ ਨੂੰ ਤਿਆਰ ਹਾਂ। ਅਸੀਂ ਆਖਿਆ ਜੇ ਸਾਥ ਦੇਣ ਨੂੰ ਤਿਆਰ ਹੈ ਤਾਂ ਬਣੇ ਬਣਾਏ ਕੱਲੀਆਂ ਥਾਣੇ, ਕਹਿੰਦੇ ਜੀ ਹਾਂ। ਅਸੀਂ ਬਣੇ ਬਣਾਏ ਇੱਥੇ ਥਾਣੇ ਆ ਗਏ। ਉਹਨੂੰ ਪਤਾ ਮੈਨੂੰ ਇਹਦੇ ਮਸਲੇ ਬਾਰੇ ਪਤਾ, ਜਾਂ ਸੱਜੂ ਸਾਹਿਬ ਦੇ ਧਿਆਨ ਚ ਹੋਵੇ ਉਹਨੂੰ ਪਤਾ, ਤੇ ਜਾਂ ਫਿਰ ਮਤਲਬ ਉਹਨਾਂ ਨੂੰ ਪਤਾ ਇਹਨੇ ਕਿਸ ਨੂੰ ਡੀਲ ਕਰਦਾ। ਚਲੋ ਅਸੀਂ ਬਣੇ ਬਣਾਏ ਉਹਨਾਂ ਕੋਲ ਚਲੇ ਗਏ, ਤਾਂ ਮਗਰਲੇ ਪਾਸੇ ਉਹਨਾਂ ਇੱਕ ਕਮਰੇ ਚ ਰਹਿੰਦੇ ਸੀ। ਅਸੀਂ ਉਹਨਾਂ ਨੂੰ ਪੁੱਛਿਆ ਵੀ ਆਹ ਕੇਸ ਤੁਹਾਡੇ ਕੋਲ ਹੈ ਜੀ, ਕਹਿੰਦੇ ਹਾਂ। ਵੀ ਇਸ ਕੇਸ ਦੇ ਵਿੱਚ ਕੀ ਪ੍ਰੋਗਰੈਸ ਹੈ, ਜਿਹੜੀ ਮਾਤਾ ਖੜੀ ਆ ਇਹਨੂੰ ਪਤਾ ਦੂਜੇ ਤੀਜੇ ਚੌਥੇ ਦਿਨ ਮੇਰੇ ਕੋਲ ਆਉਂਦੀ ਹੈ, ਥਾਣੇ 'ਚ ਆਉਂਦੀ ਆ, ਅਸੀਂ ਭਾਲ 'ਚ ਲੱਗੇ ਹੋਏ ਹਾਂ ਤੇ ਚੰਡੀਗੜ੍ਹ ਤੱਕ ਵੀ ਜਾ ਰਹੇ ਸੀ, ਪਰ ਸਾਨੂੰ ਅਜੇ ਤੱਕ ਕੋਈ ਸੁਰਾਗ ਨਹੀਂ ਮਿਲਿਆ। ਫਿਰ ਇਹ ਜਦੋਂ ਉਹਨੇ ਇਹ ਗੱਲ ਕਹੀ ਤਾਂ ਲੜਕੀ ਦੀ ਮਾਂ ਨੇ ਕਿਹਾ ਵੀ ਤਿੰਨ ਦੋਸ਼ੀ ਤਾਂ ਦੜੇ ਦੜਾਉਂਦੇ ਪਿੰਡ 'ਚ ਫਿਰਦੇ ਨੇ, ਉਹਨਾਂ 'ਚ ਜਿਹੜਾ ਮੁੱਖ ਦੋਸ਼ੀ ਆ ਜਰਨਲ ਵਰਗ ਦੇ, ਜਿਹਨਾਂ 'ਚੋਂ ਇੱਕ ਨੇ ਇਹਨਾਂ ਨੇ ਇਹ ਕਿਹਾ ਮੂੰਹ ਤੇ ਖੜ ਕੇ, ਕਹਿੰਦੇ ਇੱਕ ਨੇ 22,000 ਰੁਪਇਆ ਦਿੱਤਾ, ਇੱਕ ਨੇ ਮੋਟਰਸਾਈਕਲ ਦਿੱਤਾ ਉਹਦਾ, ਤੇ ਤੁਸੀਂ ਉਹਨਾਂ ਨੂੰ ਤਿੰਨਾਂ ਨੂੰ ਕਹਿੰਦੇ ਗ੍ਰਿਫਤਾਰ ਨਹੀਂ ਕਰਦੇ। ਅਸੀਂ ਕਿਹਾ ਵੀ ਦੱਸੋ ਭਾਈ ਤੁਸੀਂ ਫਿਰ ਹਾਂ ਘੱਟੋ ਘੱਟ ਜਿਹੜੇ ਉਹ ਦੋਸ਼ੀ ਫਿਰਦੇ ਨੇ ਇਸ ਘਟਨਾ ਦੇ ਵਿੱਚ ਇਨਵੋਲਵ ਆ, ਤੁਸੀਂ ਉਹਨਾਂ ਨੂੰ ਫਿਰ ਗ੍ਰਿਫਤਾਰ ਕਾਹਤੋਂ ਨਹੀਂ ਕੀਤਾ ਵੇ। ਅਸੀਂ ਕਿਹਾ ਵੀ ਠੀਕ ਹੈ ਤੁਸੀਂ ਇਹ ਜਿਹੜਾ ਦੋਸ਼ੀ ਆ ਤਿੰਨ ਜਿਹਨਾਂ ਦਾ ਇਹ FIR ਦੇ ਵਿੱਚ ਨਾਂ ਲਿਖਾਇਆ ਗਿਆ, ਤੁਸੀਂ ਇਹਨਾਂ ਨੂੰ ਗ੍ਰਿਫਤਾਰ ਕਰੋ ਤੇ ਇਹਨਾਂ ਨੂੰ ਪੁੱਛੋ ਕਿੱਥੇ ਹਨ, ਉਹਨਾਂ ਦੇ ਸੰਪਰਕ ਨੰਬਰ ਹੋਣਗੇ। ਵੀ 27 ਤਰੀਕ ਤੱਕ ਤੁਸੀਂ ਜਿਹੜਾ ਹੈਗਾ ਲੜਕੀ ਨੂੰ ਬਰਾਮਦ ਕਰੋ, ਭਾਲ ਕਰੋ ਤੇ ਦੋਸ਼ੀਆਂ ਨੂੰ ਗ੍ਰਿਫਤਾਰ ਕਰੋ। ਅਗਰ ਜੇ ਨਹੀਂ ਕਰੋਗੇ ਫਿਰ ਅਸੀਂ ਮਤਲਬ ਮਜ਼ਦੂਰਾਂ ਨੂੰ ਇਕੱਠੇ ਕਰਕੇ ਤੁਹਾਡੇ ਇੱਥੇ ਥਾਣੇ ਅੱਗੇ ਧਰਨਾ ਦੇਣ ਲਈ ਮਜ਼ਬੂਰ ਹੋਵਾਂਗੇ। ਚਲੋ ਉਸ ਤੋਂ ਬਾਅਦ ਆਪਣੇ ਗੁਰਪ੍ਰੀਤ ਜੀ ਬੈਠੇ ਨੇ, ਇਹਨਾਂ ਨੇ ਸੱਚੋ ਸਾਹਿਬ ਨਾਲ ਗੱਲ ਕਰੀ ਤੇ ਉਹਨਾਂ ਨੇ ਚਲੋ ਜੋ ਕੁਛ ਉਹਨਾਂ ਨੇ ਕਿਹਾ। ਉਸ ਤੋਂ ਬਾਅਦ ਫਿਰ ਅਸੀਂ ਕਿਹਾ ਵੀ ਚਲੋ ਆਪਾਂ ਘੱਟੋ ਘੱਟ ਇਹ ਗੱਲ ਪਿੰਡਾਂ ਦੇ ਵਿੱਚ ਆਪਣੇ ਮਜ਼ਦੂਰਾਂ ਦੇ ਕੋਲੇ ਲਗਭਗ ਲੈ ਕੇ ਜਾਈਏ। ਅਸੀਂ ਮਤਲਬ ਪਿੰਡਾਂ ਦੇ ਵਿੱਚ ਗਏ ਜਿੱਥੇ ਸਾਨੂੰ ਪਿੰਡ ਮਜ਼ਦੂਰ ਪਿੰਡਾਂ 'ਚ ਮੇਰੇ ਉੱਥੇ ਅਸੀਂ ਮੀਟਿੰਗਾਂ ਕੀਤੀਆਂ, ਅਮਰੀਕਾ ਦੇ ਕੰਮ ਚਲਦੇ 'ਚ ਕੰਮ ਕੀਤਾ, ਉੱਥੇ ਮੀਟਿੰਗਾਂ ਕੀਤੀਆਂ ਤੇ ਮਜ਼ਦੂਰਾਂ ਨੂੰ ਧਰਨੇ ਵਿੱਚ ਆਉਣ ਲਈ ਸੁਨੇਹਾ ਦਿੱਤਾ। ਅੱਜ ਜਿੰਨੇ ਤੁਸੀਂ ਇਸ ਧਰਨੇ ਵਿੱਚ ਪਹੁੰਚੇ ਆ, ਇਸ ਆਪਣੇ ਜਿਹੜੀ ਲੜਕੀ ਨੂੰ ਜਿਹਨੂੰ ਅਗਵਾ ਕੀਤਾ ਹੋਇਆ, ਕਿਡਨੈਪ ਕੀਤਾ ਹੋਇਆ, ਅਜੇ ਤੱਕ ਉਹਦਾ ਕੋਈ ਸੁਰਾਗ ਨਹੀਂ ਮਿਲਿਆ, ਤੇ ਉਸ ਮਤਲਬ ਲੜਕੀ ਦੀ ਜਿਹੜੀ ਮਾਤਾ ਜਾਂ ਉਹਦਾ ਨਾਲ ਸੰਬੰਧਿਤ ਪਰਿਵਾਰ ਹੈ, ਜਿਹੜੇ ਹਮਦਰਦੀ ਨਾਲ ਲੈ ਕੇ ਤੁਸੀਂ ਇੱਥੇ ਅੱਜ ਆਏ ਆ ਉਹਨੂੰ ਇਨਸਾਫ ਦਵਾਉਣ ਵਾਸਤੇ, ਤੇ ਇਸ ਘਟਨਾ ਕ੍ਰਮ ਦੇ ਵਿੱਚ ਜਿਹੜੇ ਦੋਸ਼ੀ ਹੈ ਉਹਨਾਂ ਨੂੰ ਬਣਦੀਆਂ ਕਾਨੂੰਨ ਮੁਤਾਬਕ ਬਣਦੀਆਂ ਸਜ਼ਾਵਾਂ ਦਵਾਉਣ ਵਾਸਤੇ ਤੁਸੀਂ ਆਏ ਹੈ। ਪਹਿਲਾਂ ਤਾਂ ਅਸੀਂ ਜਥੇਬੰਦੀਆਂ ਵੱਲੋਂ ਤੁਹਾਡਾ ਆਗੂਆਂ ਵੱਲੋਂ ਧੰਨਵਾਦ ਕਰਦੇ ਹਾਂ ਕਿ ਤੁਸੀਂ ਸਾਡੇ ਸੱਦੇ ਦੇ ਉੱਤੇ ਇਹਦੇ ਧਰਨੇ ਵਿੱਚ ਪਹੁੰਚੇ ਹਾਂ। ਤੇ ਹੁਣ ਅਸੀਂ ਚਲੋ ਇਹ ਆ ਵੀ ਅੱਜ ਤੱਕ ਸਾਨੂੰ ਅਜੇ ਤੱਕ ਕੋਈ ਵੀ ਜਾਣਕਾਰੀ ਨਹੀਂ ਮਿਲੀ ਵੀ ਅਸੀਂ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ, ਕੁੜੀ ਨੂੰ ਬਰਾਮਦ ਕਰ ਲਿਆ, ਇਸ ਕਰਕੇ ਤਾਂ ਹੁਣ ਮਤਲਬ ਆਪਾਂ ਜਿਹੜਾ ਇੱਥੇ ਅੱਜ ਦਾ ਧਰਨਾ ਲਾਇਆ। ਤੇ ਇਸ ਲਈ ਮੇਰੇ ਭੈਣ ਭਰਾਵੋ ਆਪਾਂ ਇਹ ਇਕੱਲੀ ਜਸਵਿੰਦਰ ਕੌਰ ਦੀ ਲੜਕੀ ਨਹੀਂ ਹੈਗੀ, ਇਹ ਲੜਕੀ ਆਪਣੇ ਸਾਰੇ ਮਜ਼ਦੂਰ ਵਰਗ ਦੀ, ਗਰੀਬ ਵਰਗ ਦੀ, ਦਲਿਤ ਪਰਿਵਾਰਾਂ ਦੇ ਲੜਕੀ ਹੈ। ਅੱਜ ਇਸ ਤਰ੍ਹਾਂ ਦੀ ਘਟਨਾ ਇਹਦੇ ਨਾਲ ਵਾਪਰੀ ਆ, ਕੱਲ੍ਹ ਨੂੰ ਸਾਡੇ ਨਾਲ ਵੀ ਕਿਸੇ ਪਰਿਵਾਰ ਦੇ ਮੈਂਬਰ ਨੇ ਕਿਸੇ ਹੋਰ ਪਿੰਡ ਦੇ ਵਿੱਚ ਵੀ ਵਾਪਰ ਸਕਦੀ ਹੈ। ਇਹ ਇਸ ਤਰ੍ਹਾਂ ਦੀਆਂ ਘਟਨਾਵਾਂ ਬਹੁਤ ਮਤਲਬ ਵੀ ਦਿਨੋ ਦਿਨ ਵਾਪਰ ਰਹੀਆਂ ਨੇ। ਜਿਹੜੇ ਨੌਜਵਾਨ ਉਹ ਰੁਜ਼ਗਾਰ ਤੋਂ ਵਿਹਲੇ ਆ ਤੇ ਨਸ਼ੇ ਦੇ ਨਾਲ ਨੌਜਵਾਨ ਦੀ ਸਾਡੀ ਬਹੁਤੇ ਦੀ ਮੱਤ ਮਾਰੀ ਪਈ ਹੈ। ਇਸ ਕਰਕੇ ਸਰਕਾਰਾਂ ਨੂੰ ਨੌਜਵਾਨਾਂ ਦਾ
सरकारां कोई भी सुरक्षा नहीं दे रही है। जिहड़ियां सरकारां ने ते पुलिस प्रशासन ये तकड़े लोगों की सुरक्षा करते ने ते तकड़े उन्हां दी राखी करते ने ते साडी कोई सुरक्षा नहीं करते, साडी कोई राखी नहीं करते। इसलिए आपां मतलब ये साडे मान सम्मान की लड़ाई है, साडे मतलब इज्जत की लड़ाई है। तो ये बच्ची कली बीबी जसविंदर कौर की नहीं, अपनी सारे की है। इस करके मेरे भैनों भरावो आप इतने धरने पहुंचे हैं, इसलिए थोड़ा जथेबंदियों वालों आप हर धन्यवाद भी करते हैं, क्योंकि तुम साढ़े सदे के उत्ते कितने पहुंचे। अज कुछ पिंड साथी हम तो रेंगे नहीं, एक अपने गहर तो ट्राली आने से उन्होंने टायर पंचर हो गया, इस करके लेट है। सुनैया तो होना इतने टले वाल तो भी बड़ी गिनती मजदूर हो गए। इसलिए आप जोड़ा है इतना जो कानून मुताबिक बनती सज़ा दवाए बिना इतों आप नज़र बैठा। तो इसलिए जो कोई प्रशासन अपन कोई प्रोग्रेस हैगी है वो बारे जो कोई अपन दसागे गलबात लिए असं आ कुछ हूँ तक एस एम टी सी पहुंचे हैं दसागे असी उन्होंने गलबात ले भी मतलब तैयार होवे। तो इस करके क्योंकि संघर्ष कितना भी वड्डा लड़ा जाए, लड़ाई किन्नी भी तिखी लड़ी जाए। मुंडे के माँ प्यो बेचारे इन्ने गरीब जिम्मे आप परिवार के अच हमें चाहे
ਭੋਗ ਦੇ ਉੱਪਰ ਕੋਈ ਸਿੰਗਲ ਬੰਦਾ ਉਹਨਾਂ ਦੇ ਸੰਸਕਾਰ ਭੋਗ ਵਾਲੇ ਦਿਨ ਗਿਆ ਨਹੀਂ ਤੂੰ ਭੋਗ ਤੇ ਮਤ ਕਿਉਂ ਨਹੀਂ ਗਿਆ ਕਹਿੰਦੇ ਵੀ ਜਿਹੜੇ ਬਾਕੀ ਪਿੰਡ ਦੇ ਜਿਹੜੇ ਜਥੇਦਾਰ ਨੇ ਜਿਹੜੇ ਗੁਰਦੁਆਰੇ ਦੀ ਨੁਮਾਇੰਦਗੀ ਕਰਦੇ ਨੇ ਜਾਂ ਜਿਹੜੇ ਪਿੰਡ ਦੇ ਘਰਮ ਚੌਧਰੀ ਨੇ ਸਾਡੇ ਨਾਲ ਤਾਂ ਕਹਿੰਦੇ ਉਹਨੂੰ ਸੁਝਣਗੇ ਕੋਈ ਨਹੀਂ ਭੋਗ ਤੇ ਗਿਆ ਉਹਨਾਂ ਦੇ ਮਤਲਬ ਇਦੂ ਕੋਈ ਇੰਨੀ ਮਤਲਬ ਵੱਡੀ ਹੁੰਦੀ ਗੱਲ ਕੀਤੀ ਇਸ ਕਰਕੇ ਇਹ ਸਾਰਾ ਕੁਛ ਤਾਂ ਹੋ ਰਿਹਾ ਹੈ ਕਿ ਸਾਡੇ ਲੋਕ ਜਥੇਬੰਦ ਨਹੀਂ ਹੈਗੇ ਮੈਂ ਤੁਹਾਨੂੰ ਥੋੜ੍ਹਾ ਜਿਹਾ ਪਿੱਛੇ ਲੈ ਜਾਂ ਆਹ ਝੱਬਰ ਪਿੰਡ ਹੈ ਇੱਕ ਬੰਤ ਸਿੰਘ ਝੱਬਰ ਉੱਥੋਂ ਦਾ ਇੱਕ ਸਾਡਾ ਮਜ਼ਦੂਰਾਂ ਦਾ ਮਜ਼ਹਬੀ ਸਿੱਖਾਂ ਦਾ ਬੰਦਾ ਸੀਗਾ ਉਹਦੀ ਧੀ ਦੇ ਨਾਲ ਚਾਰ ਪਿੰਡ ਦੇ ਵੱਡੇ ਮਤਲਬ ਘਰਾਂ ਦੇ ਕਾਕਿਆਂ ਨੇ ਖੇਤ 'ਚ ਲਿਆ ਕੇ ਰੇਪ ਕੀਤਾ ਬਲਾਤਕਾਰ ਕੀਤਾ ਬਲਾਤਕਾਰ ਕਰਨ ਤੋਂ ਬਾਅਦ ਉਹਨੂੰ ਮਰ ਕੇ ਉਹ ਜਿਵੇਂ ਥਾਣੇ 'ਚ ਗਿਆ ਹੁਣ ਕੋਈ ਸੁਣਵਾਈ ਨਹੀਂ ਹੋਈ ਜਿਵੇਂ ਅੱਜ ਆਪਾਂ ਇੱਥੇ ਬੈਠੇ ਹਾਂ ਲਗਾਤਾਰ ਵਿਚਾਰਾ ਉਹ ਮਹੀਨਾ 20 ਦਿਨ ਗੇੜੇ ਖਾਂਦਾ ਰਿਹਾ ਕੋਈ ਸੁਣਵਾਈ ਨਹੀਂ ਹੋਈ ਫਿਰ ਆਖਰ ਨੂੰ ਮਤਲਬ ਧਰਨਾ ਮੁਜ਼ਾਰਾ ਹੋਰ ਇਕੱਠੇ ਪੁੱਠੇ ਕਰਕੇ ਉੱਥੇ ਜਦੋਂ ਉਹਨੂੰ ਪਰਚਾ ਦਰਜ ਕਰਾਇਆ ਫਿਰ ਆਫਰ ਆਈ ਕਹਿੰਦੇ ਵੀ ਆਪਾਂ ਰਾਜੀਨਾਮਾ ਕਰ ਲੈਂਦੇ ਹਾਂ ਜੀ ਰਾਜੀਨਾਮੇ ਵਾਸਤੇ ਭੱਜੇ ਉਹ ਰਾਜੀਨਾਮੇ ਵਾਸਤੇ ਫਿਰ ਉਹ ਪਰਿਵਾਰ ਨੂੰ ਕਹਿੰਦੇ ਅਸੀਂ ਤੁਹਾਨੂੰ ਜੀ 5 ਲੱਖ ਰੁਪਇਆ ਦੇ ਦਿੰਦੇ ਹਾਂ ਤੁਹਾਨੂੰ ਕੁਛ ਹੋਰ ਦੇ ਦਿੰਦੇ ਮਤਲਬ ਇਸ ਤਰ੍ਹਾਂ ਦੀਆਂ ਗੱਲਾਂ ਚੱਲੀਆਂ ਉਹ ਬੰਦਾ ਜਥੇਬੰਦੀ ਨਾਲ ਡਟ ਗਿਆ ਉਹ ਕਹਿੰਦਾ ਵੀ ਦੇਖੋ ਮੈਂ ਨਹੀਂ ਵਿਕਦਾ ਮੇਰੀ ਧੀ ਨਾਲ ਰੇਪ ਹੋਇਆ ਮੈਂ ਨਹੀਂ ਇਹ ਕੰਮ ਕਰ ਸਕਦਾ ਤਾਂ ਉਸ ਤੋਂ ਬਾਅਦ ਜਦੋਂ ਉਹਨਾਂ ਕਾਕਿਆਂ ਨੂੰ ਮਤਲਬ ਸਜ਼ਾ ਹੋ ਗਈ 7-7 ਸਾਲ ਦੀ ਸਜ਼ਾ ਹੋਣ ਤੋਂ ਬਾਅਦ ਫਿਰ ਇੱਕ ਕਿਹੜੇ ਕੱਢਣ ਵਾਸਤੇ ਉਹ ਪਿੰਡ ਦੇ ਜਿਹੜੇ ਕਹਿੰਦੇ ਕਹਾਉਂਦੇ ਮਤਲਬ ਤਕੜੇ ਘਰ ਸੀਗੇ ਉਹਨਾਂ ਨੇ ਕੀ ਕੀਤਾ ਫਿਰ ਉਹ ਜਿਹੜਾ ਬੰਦਾ ਜਿਹਦੀ ਧੀ ਨਾਲ ਰੇਪ ਹੋਇਆ ਸੀ ਉਹ ਖੇਡਾਂ ਘਾਉਣੇ ਵੇਚਦਾ ਹੁੰਦਾ ਉਹ ਟੱਲੇ ਢਿੱਲਵਾਂ ਪਿੰਡ ਆ ਭਨੇਰਾ ਉੱਥੇ ਆਪਣੇ ਝੱਬਰਾਂ ਦੇ ਕੋਲੇ ਢਿੱਲਵਾਂ ਤੋਂ ਉਹ ਸਾਈਕਲ ਤੇ ਮਤਲਬ ਆ ਰਿਹਾ ਸੀਗਾ ਸਾਈਕਲ ਤੇ ਆਉਂਦੇ ਆਉਂਦੇ ਨੂੰ ਮਰ ਕੇ ਰਸਤੇ 'ਚ ਚੱਕ ਲਿਆ ਉਹਨੂੰ ਰਾਤ ਨੂੰ ਚੱਕ ਕੇ ਉਹਨੂੰ ਪੱਕੇ ਖਾਲ ਤੇ ਲੈ ਗਏ ਪੱਕੇ ਖਾਲ ਤੇ ਲਿਜਾ ਕੇ ਦੁੰਨੇ ਬਾਹਾਂ ਦੁੰਨੇ ਲੱਤਾਂ ਬੁਰੀ ਤਰ੍ਹਾਂ ਚੂਰੋ ਚੂਰ ਕਰਕੇ ਭੰਨ ਦਿਆ ਸੀ ਉਹਦੇ ਲੱਤਾਂ ਬਾਹਾਂ ਅੱਜ ਵੀ ਉਹ ਬੰਦਾ ਜਿਉਂਦਾ ਮਰਿਆ ਨਹੀਂ ਹੈਗਾ ਅੱਜ ਉਹ ਲੱਤਾਂ ਬਾਹਾਂ ਡਾਕਟਰਾਂ ਨੂੰ ਵੱਢਣੀਆਂ ਪਈਆਂ ਕਹਿੰਦੇ ਵੀ ਜੇ ਨਾ ਵੱਢੀਆਂ ਕਹਿੰਦੇ ਬੱਚਣਾ ਨਹੀਂ ਹੈਗਾ ਬੰਦਾ ਮਤਲਬ ਤਾਂ ਉਦੋਂ ਬਾਅਦ ਫਿਰ ਜਥੇਬੰਦੀ ਦਾ ਸੰਘਰਸ਼ ਵਿੱਢਿਆ ਫਿਰ ਉਹਦੇ ਮਗਰ 15-15, 20-20 ਹਜ਼ਾਰ ਦੇ ਪੰਜਾਬ ਦੇ ਇਕੱਠ ਕੀਤੇ ਫਿਰ 10 ਲੱਖ ਰੁਪਇਆ ਸਰਕਾਰ ਤੋਂ ਮੁਆਵਜ਼ਾ ਦਵਾਇਆ ਔਰ ਜਿਹੜੇ ਬੰਦਿਆਂ ਨੇ ਉਸ ਬੰਦੇ ਦੇ ਉੱਪਰ ਹਮਲਾ ਕੀਤਾ ਮਾਰਨ ਦੇ ਮਤਲਬ ਉਹਨਾਂ ਸਾਰਿਆਂ ਨੂੰ ਫਿਰ ਸਿੱਖਾਂ ਪਿੱਛੇ ਬੰਦ ਕਰਵਾਇਆ ਪਾਛੇ ਦਰਜ ਕਰਵਾਇਆ ਉਹਨਾਂ ਦੇ ਉੱਪਰ ਇਸ ਲਈ ਇਹ ਮਤਲਬ ਘਟਨਾਵਾਂ ਮੈਂ ਜਿਵੇਂ ਦੱਸਿਆ ਤੁਹਾਨੂੰ ਦਰਜਨਾ ਘਟਨਾ ਤੁਹਾਨੂੰ ਅੱਗੇ ਆ ਸਕਦਾ ਗਾ ਆ ਇੱਕ ਮਾਨਸਾ ਜ਼ਿਲ੍ਹੇ ਦਾ ਪਿੰਡ ਸੀਗਾ ਉਹ ਵੀ ਵਿਚਾਰਾ ਜੀ ਜਿਵੇਂ ਹੁਣ ਬੋਲਣ ਲੱਗ ਗਿਆ ਮਾੜਾ ਮੋਟਾ ਉਹਦੀ ਲਾਤੀ ਵੱਢ ਕੇ ਮਤਲਬ ਬੋਰੀ 'ਚ ਪਾ ਕੇ ਉਹਦੇ ਘਰੇ ਸੁੱਟ ਕੇ ਆਏ ਫਿਰ ਦੂਜੇ ਦਿਨ ਮਤਲਬ ਇਸ ਤਰ੍ਹਾਂ ਦੀਆਂ ਵਾਰਦਾਤਾਂ ਸਾਡੇ ਦਲਿਤ ਸਮਾਜ ਨਾਲ ਹੁੰਦੀਆਂ ਨੇ ਇਹ ਹਟਣੀਆਂ ਨਹੀਂ ਹੈਗੀਆਂ ਜੇ ਆਪਾਂ ਜਥੇਬੰਦ ਨਾ ਹੋਏ ਹੁਣ ਅੱਜ ਅਸੀਂ ਭੋਲਾ ਸਿੰਘ ਮੈਂ ਵੀ ਕਈਆਂ ਨੂੰ ਕਿਹਾ ਵੀ ਭਾਈ ਆਪਾਂ ਪਿੰਡਾਂ 'ਚੋਂ ਵੱਧ ਤੋਂ ਵੱਧ ਲਿਆਓ ਜਿਹੜੇ ਤੁਸੀਂ ਆਏ ਹੋ ਤੁਸੀਂ ਸਚੇਤ ਹੋ ਤੁਸੀਂ ਸਿਆਣੇ ਹੋ ਤੁਸੀਂ ਗੱਲ ਨੂੰ ਸਮਝਦੇ ਹੋ ਤੁਸੀਂ ਆਪਣੇ ਦਰਦਾਂ ਦੁੱਖਾਂ ਦੀ ਗੱਲ ਨੂੰ ਹੱਲ ਕਰਨਾ ਚਾਹੁੰਦੇ ਹੋ ਪਰ ਜਿਹੜੇ ਇਹ ਸਮਝਦੇ ਨੇ ਵੀ ਤਾਂ ਰਾਮਗੜ੍ਹ ਦਾ ਮਸਲਾ ਹੈ ਆਪਣਾ ਉੱਥੇ ਕੀ ਕੰਮ ਹੈ ਮੈਂ ਸਮਝਦਾ ਉਹ ਧੋਖੇ 'ਚ ਨੇ ਉਹ ਭੁਲੇਖੇ 'ਚ ਨੇ ਇਸ ਕਰਕੇ ਮੈਂ ਜਿਹੜੀ ਗੱਲ ਤੁਹਾਨੂੰ ਕਹਿਣਾ ਚਾਹੁੰਦਾ ਸਾਥੀਓ ਉਹ ਇਹ ਹੈ ਕਿ ਸਾਨੂੰ ਆਪਣੀ ਪਹਿਲਾਂ ਤਾਂ ਇਸ ਗੱਲ 'ਤੇ ਮਤਲਬ ਇੱਕ ਦਿਮਾਗ ਨੂੰ ਵਿਕਸਿਤ ਕਰਨਾ ਪੈਣਾ ਹੈ ਵੀ ਜਿਹੜਾ ਰਾਜ ਪ੍ਰਬੰਧ ਸਿਰਜਿਆ ਅਸੀਂ ਨੇ ਉਹ ਰਾਜ ਪ੍ਰਬੰਧ ਦੇ ਵਿੱਚ ਸਾਡੇ ਨਾਲ ਜਿਸ ਤਰ੍ਹਾਂ ਧੱਕੇ ਧੋੜੇ ਹੋ ਰਹੇ ਨੇ ਸਾਡੇ ਨਾਲ ਕਿਵੇਂ ਮਤਲਬ ਜਾਤੀਆਂ ਹੋ ਰਹੀਆਂ ਨੇ ਉਹ ਸਾਰੇ ਤਾਣੇ ਮਤਲਬ ਸਾਨੂੰ ਸਮਝਣਾ ਪੈਣਾ ਗਾ ਹੁਣ ਪਿੰਡ ਦੀ ਪੰਚਾਇਤ ਦਾ ਕੰਮ ਸੁਣ ਲਓ ਪਿੰਡ ਦੀ ਪੰਚਾਇਤ ਦਾ ਕੰਮ ਹੁੰਦਾ ਜਦੋਂ ਆਪਾਂ ਵੋਟਾਂ ਪਾ ਕੇ ਪੰਚਾਇਤ ਬਣਾ ਤੀ ਸਹੁੰ ਚੱਕ ਲੈਂਦੇ ਨੇਗੇ ਉਸ ਤੋਂ ਬਾਅਦ ਜਿਹੜਾ ਮੁੱਢਲਾ ਕੰਮ ਉਹਨਾਂ ਦਾ ਹਰ 6 ਮਹੀਨਿਆਂ ਬਾਅਦ ਪੰਚਾਇਤ ਦਾ ਗ੍ਰਾਮ ਸਭਾ ਦਾ ਅਜਲਾਸ ਹੋਣਾ ਹੁੰਦਾ 6 ਮਹੀਨਿਆਂ ਬਾਅਦ ਅਜਲਾਸ ਕਰਕੇ ਸਮੁੱਚੇ ਪਿੰਡ ਨੂੰ ਸੱਦਾ ਦੇਣਾ ਹੁੰਦਾ 2 ਦਿਨ ਪਹਿਲਾਂ ਵੀ ਭਾਈ ਆਪਾਂ ਫਲਾਣੇ ਦੇ ਇੱਥੇ ਅਜਲਾਸ ਕਰਨਾ ਹੈ ਅਤੇ ਅਜਲਾਸ ਤੋਂ ਬਾਅਦ ਅਜਲਾਸ ਦੇ ਵਿੱਚ ਫਿਰ ਸਾਰੇ ਜੇ ਸਮੱਸਿਆਵਾਂ ਸੁਣਨਾ ਪੰਜਾਬ ਦੇ ਅੰਦਰ 12,835 ਪਿੰਡ ਨੇ ਕੋਈ ਮੈਂ ਇੱਕ ਅੱਧਾ ਪਿੰਡ ਕਹਿ ਸਕਦਾ ਜਿੱਥੇ ਅਜਲਾਸ ਹੁੰਦੇ ਹੋਣ ਪ੍ਰੋਪਰ ਨਹੀਂ ਪੰਜਾਬ ਦਾ ਕੋਈ ਪਿੰਡ ਨਹੀਂ ਜਿੱਥੇ ਪ੍ਰੋਪਰ ਅਜਲਾਸ ਹੁੰਦੇ ਹੋਣਗੇ ਜਿੱਥੇ ਜਿਹੜੀ ਕਿ ਸਾਡੇ ਲੋਕਾਂ ਦੀਆਂ ਸਮੱਸਿਆਵਾਂ ਬਾਰੇ ਚਰਚਾ ਹੁੰਦੀ ਹੋਊਗੀ ਔਰ ਉਹ ਸਮੱਸਿਆ ਨੂੰ ਸਰਕਾਰ ਕੋਲ ਭੇਜਦੇ ਹੋਣਗੇ ਕਿਤੇ ਨਹੀਂ ਕੁਛ ਹੁੰਦਾ ਇਸ ਤਰ੍ਹਾਂ ਦਾ ਕਿਉਂਕਿ ਸੈਕਟਰੀ ਹੁੰਦੇ ਨੇ BDO ਹੁੰਦੇ ਨੇ ਪੰਚਾਇਤਾਂ ਹੁੰਦੀਆਂ ਨੇ ਉਹ ਸਾਰੀਆਂ ਮਤਲਬ ਰਲ ਮਿਲ ਕੇ ਆਪਦਾ ਕੰਮ ਚਲਾਉਂਦੀਆਂ ਨੇ ਸਾਡੇ ਕਿਸੇ ਲੋਕਾਂ ਦੀ ਗੱਲ ਨਹੀਂ ਕਰਦੀਆਂ ਇਵੇਂ ਜਿੱਕਰੀ ਆਪਾਂ ਬਲਾਕ ਸਮਿਤੀ ਮੈਂਬਰ ਚੁਣਦੇ ਉਹਨਾਂ ਦੇ ਬਲਾਕ ਨਾਲ ਸੰਬੰਧ ਕੰਮ ਹੁੰਦੇ ਨੇ ਚੇਅਰਮੈਨ ਚੁਣਦੇ ਉਹ ਚੇਅਰਮੈਨ ਨੇ ਜਿਹੜਾ ਉਹਨਾਂ ਦਾ ਇੱਕ ਆਪਦਾ ਇੱਕ ਸਿਸਟਮ ਆ ਉਹਨਾਂ ਦਾ ਚੇਅਰਮੈਨ ਬਣਾ ਕੇ ਉਹਨਾਂ ਦੇ ਆਪਦੇ ਕੰਮ ਹੁੰਦੇ ਨੇ MLA ਬਣਾ ਕੇ ਫਿਰ ਆਪਾਂ ਸਰਕਾਰ ਬਣਾਉਂਦੇ ਹਾਂ ਸਰਕਾਰ ਦੇ ਵੀ ਕੰਮ ਨੇ ਹੁਣ ਸਰਕਾਰ ਜਿਹੜੀ ਆਪਾਂ ਇਸ ਵਾਰ ਬਣਾਈ ਹੈ ਤੁਸੀਂ ਬੜੇ ਚਾਵਾਂ ਦੇ ਨਾਲ ਇੱਥੇ ਮਤਲਬ ਵੋਟਾਂ ਪਾ ਕੇ 92 MLA ਆਮ ਆਦਮੀ ਪਾਰਟੀ ਨੂੰ ਜਿਤਾ ਕੇ ਦਿੱਤੇ ਨੇ ਹੁਣ ਜਿਹੜੇ 92 MLA ਜਿਤਾ ਕੇ ਭੇਜੇ ਨੇ ਤੁਹਾਨੂੰ ਲੱਗਿਆ ਵੀ ਇਹ ਤਾਂ ਪਾਰਟੀ ਬਹੁਤ ਵਧੀਆ ਹੈ ਇਹ ਤਾਂ ਸਮਾਜ ਵਿੱਚ ਤਬਦੀਲੀ ਕਰ ਦੂ ਇਹ ਤਾਂ ਬਦਲਾਅ ਕਰ ਦੂਗੀ ਹੁਣ ਮੈਨੂੰ ਤੁਸੀਂ ਦੱਸੋ ਵੀ 18 ਮਹੀਨੇ ਹੋ ਗਏ ਸਰਕਾਰ ਬਣੀ 18 ਮਹੀਨਿਆਂ ਦੇ ਵਿੱਚ 92 ਦੇ ਵਿੱਚੋਂ ਕਿਸੇ ਇੱਕ ਦਾ ਮੂੰਹ ਟੁੱਟ ਜੇ ਵੀ ਤੁਹਾਡੇ ਹੱਕ ਦੇ ਵਿੱਚ ਕੋਈ MLA ਬੋਲਿਆ ਤੱਕ ਹੋਵੇ ਤੁਹਾਡੀ ਮੰਗ ਪ੍ਰਤੀ ਤੁਹਾਡੇ ਜਿੰਨੇ ਵੀ ਮਸਲੇ ਨੇ ਉਹ ਸਾਰੇ ਉਹ ਜਿਕਰੀ ਜੋਤ ਤੋਂ ਲੜਕਦੇ ਪਏ ਨੇ ਹੁਣ ਤਬਦੀਲੀ ਕਾਹਦੀ ਹੋਈ ਆ ਭਾਈ ਇਸ ਕਰਕੇ ਉਹ ਕਿਉਂ ਨਹੀਂ ਬੋਲਦੇ
ਕੇ ਨਹੀਂ ਬੋਲਦੇ ਵੀ ਇਹ ਲੋਕ ਜਥੇਬੰਦ ਨਹੀਂ ਹੈਗੇ।